ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਵਲੌਗ ਵਿੱਚ ਮੈਂ ਤੁਹਾਨੂੰ ਜਿਹੜਾ ਪੰਜਾਬੀ ਮਾਸਟਰ ਕੇਡਰ 3582 ਪੋਸਟਾਂ ਆਈਆਂ ਸੀਆਂ 2018 ਦਾ ਪ੍ਰਸ਼ਨ ਪੱਤਰ ਹੱਲ ਕਰਵਾ ਰਹੀਆਂ ਪਹਿਲੇ 50 ਪ੍ਰਸ਼ਨ ਜਿਹੜੇ ਮੈਂ ਤੁਹਾਨੂੰ ਪਹਿਲੇ ਪਾਰਟ ਵਿੱਚ ਕਰਾਇਆ ਅੱਗੇ ਕਰਦੇ ਆਪਾਂ ਅਗਲੇ ਕੁਐਸਚਨ ਤੁਸੀਂ ਪੰਜਾਬੀ ਮਾਸਟਰ ਕੇਡਰ ਲੈਕਚਰਾਰ UGC NET ਪੰਜਾਬੀ ਦਾ ਇਗਜ਼ਾਮ ਦੇਣਾ ਹੋਵੇ ਉਹਦੇ ਲਈ ਬਹੁਤ ਹੀ ਮੱਤਵਪੂਰਨ ਪ੍ਰਸ਼ਨ ਨੇ ਇਹ ਸਟਾਰਟ ਕਰਦੇ ਆਪਾਂ ਗੁਰੂ ਨਾਨਕ ਚਮਤਕਾਰ ਕਿਸ ਨੇ ਲਿਖਿਆ ਆਪਸ਼ਨ ਹੈ ਜੀ ਪ੍ਰੋਫੈਸਰ ਮੋਹਨ ਸਿੰਘ ਭਾਈ ਵੀਰ ਸਿੰਘ ਗੁਰਬਖਸ਼ ਸਿੰਘ ਜਾਂ ਪ੍ਰੋਫੈਸਰ ਪੂਰਨ ਸਿੰਘ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ ਸੈਕੰਡ ਭਾਈ ਵੀਰ ਸਿੰਘ ਗੁਰੂ ਨਾਨਕ ਚਮਤਕਾਰ ਭਾਈ ਵੀਰ ਸਿੰਘ ਨੇ ਲਿਖਿਆ ਹੈ ਅਗਲਾ ਪ੍ਰਸ਼ਨ ਆਰ ਸੀ ਦੇ ਲੇਖਕ ਕੌਣ ਹੈ ਆਪਸ਼ਨ ਹੈ ਜੀ ਤੇਜਾ ਸਿੰਘ ਬਾਬਾ ਬਲਵੰਤ ਸ਼ਸ਼ ਮੀਸਾ ਜਾਂ ਡਾਕਟਰ ਜਗਤਾਰ ਤਾਂ ਇਹਦਾ ਸਹੀ ਉੱਤਰ ਹੈ ਜੀ অপশন নাম্বার 1 তেজাসিং আরসি ਦਾ ਲੇਖਕ ਹੈਗਾ ਤੇਜਾ ਸਿੰਘ ਨੈਕਸਟ ਕੁਐਸਚਨ ਗੁਰੂ ਪ੍ਰਤਾਪ ਸੂਰਜ ਗ੍ਰੰਥ ਦਾ ਕਰਤਾ অপਸ਼ਨ ਹੈ ਜੀ ਭਾਈ ਸੰਤੋਖ ਸਿੰਘ ਭਾਈ ਗੁਰਦਾਸ ਜੀ ਭਾਈ ਵੀਰ ਸਿੰਘ ਜਾਂ ਗੁਰੂ ਗੋਬਿੰਦ ਸਿੰਘ ਜੀ ਤਾਂ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 1 ਭਾਈ ਸੰਤੋਖ ਸਿੰਘ ਗੁਰੂ ਪ੍ਰਤਾਪ ਸੂਰਜ ਦਾ ਗ੍ਰੰਥ ਦਾ ਕਰਤਾ ਕੌਣ ਹੈ ਭਾਈ ਸੰਤੋਖ ਸਿੰਘ ਅਗਲਾ ਪ੍ਰਸ਼ਨ ਧਰਤੀ ਹੀਟਲਾ ਬਲਦ ਕਹਾਣੀ ਦਾ ਲੇਖਕ ਹੈ ਧਰਤੀ ਹੀਟਲਾ ਬਲਦ ਕਹਾਣੀ ਦਾ ਲੇਖਕ ਕੌਣ ਹੈ অপਸ਼ਨ এ ਜੀ ਕੁਲਵੰਤ ਸਿੰਘ ਵਿਰਕ ਕਰਤਾਰ ਸਿੰਘ ਦੁੱਗਲ ਰਾਮ ਸਰੂਪ ਅਣਖੀ ਜਾਂ अजीत कौर ਤਾਂ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 2 ਕਰਤਾਰ ਸਿੰਘ ਦੁੱਗਲ অপਸ਼ਨ ਨੰਬਰ 2 ਇਹਦਾ ਰਾਈਟ ਆਨਸਰ ਹੈ ਅਗਲਾ ਕੁਐਸਚਨ ਕਿਸੇ ਦਾ ਆਰੰਭ ਕਿਸ ਤੋਂ ਹੁੰਦਾ ਹੈ অপਸ਼ਨ এ ਜੀ ਰੁਮਾਂਸ ਤੋਂ ਮੰਗਲਾਚਰਨ ਤੋਂ ਨਾਇਕ ਦੀ ਸੁੰਦਰਤਾ ਤੋਂ ਜਾਂ ਪਿਆਰ ਤੋਂ ਤਾਂ ਇਹਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਸੈਕੰਡ ਮੰਗਲਾ ਚਰਨ ਤੋਂ ਕਿਸੇ ਦਾ ਆਰੰਭ ਹੁੰਦਾ ਹੈ ਮੰਗਲਾ ਚਰਨ ਤੋਂ ਆਪਸ਼ਨ ਨੰਬਰ ਸੈਕੰਡ ਰਾਈਟ ਆਨਸਰ ਨੈਕਸਟ ਕੁਐਸਚਨ ਪੰਜਾਬੀ ਵਿੱਚ ਪਹਿਲੀ ਬੀਰ ਅਸਿਵਾਰ ਆਪਸ਼ਨ ਹੈ ਜੀ ਚੱਠਿਆਂ ਦੀ ਵਾਰ ਚੰਡੀ ਦੀ ਵਾਰ ਨਾਦਰ ਸ਼ਾਹ ਦੀ ਵਾਰ ਹਰੀ ਸਿੰਘ ਨਲੂਏ ਦੀ ਵਾਰ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ ਸੈਕੰਡ ਚੰਡੀ ਦੀ ਵਾਰ ਪੰਜਾਬੀ ਦੀ ਪਹਿਲੀ ਬੀਰ ਅਸਿਵਾਰ ਸੀਗੀ ਚੰਡੀ ਦੀ ਵਾਰ ਆਪਸ਼ਨ ਨੰਬਰ ਸੈਕੰਡ ਰਾਈਟ ਆਨਸਰ ਅਗਲਾ ਕੁਐਸਚਨ ਵਾਰ ਕੀ ਹੈ ਆਪਸ਼ਨ ਹੈ ਜੀ ਕਾਵਤਤ ਕਾਵਨਾਟਕ ਦ੍ਰਿਸ਼ਨਾਟਕ ਜਾਂ ਕਾਵਰੂਪ ਵਾਰ ਕੀ ਹੈ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 ਕਾਵਰੂਪ ਇੰਪੋਰਟੈਂਟ ਕੁਐਸਚਨ ਹੈ ਜੀ 2018 ਦਾ ਜਿਹੜਾ ਪੰਜਾਬੀ ਮਾਸਟਰ ਕੈਡਰ ਦਾ ਪੇਪਰ ਆਇਆ ਸੀਗਾ 3582 ਪੋਸਟਾਂ ਲਈ ਉਹ ਹੱਲ ਕਰਾ ਰਹੀਆਂ ਤੁਸੀਂ ਕੋਈ ਵੀ ਪੰਜਾਬੀ ਲੈਕਚਰਾਰ ਪੰਜਾਬੀ ਮਾਸਟਰ ਕੇਡਰ ਜਾਂ UGC NET ਦਾ ਪੰਜਾਬੀ ਦਾ ਕੋਈ ਵੀ ਇਗਜ਼ਾਮ ਦੇਣਾ ਹੋਵੇ ਉਹਦੇ ਲਈ ਇੰਪੋਰਟੈਂਟ ਕੁਐਸਚਨ ਨੇ ਇਹ ਨੈਕਸਟ ਕੁਐਸਚਨ ਵਾਰ ਨੂੰ ਲਿਖਿਆ ਜਾਂਦਾ ਹੈ অপਸ਼ਨ A ਦੀ ਅਸ਼ਟਪਦੀਆਂ ਵਿੱਚ ਸਲੋਕਾਂ ਵਿੱਚ ਤੁਕਾਂ ਵਿੱਚ ਜਾਂ ਪੌੜੀਆਂ ਵਿੱਚ ਤਾਂ ਇਹਦਾ ਸਹੀ ਉੱਤਰ ਹੈ অপਸ਼ਨ ਨੰਬਰ 4 ਪੌੜੀਆਂ ਵਿੱਚ ਵਾਰ ਨੂੰ ਲਿਖਿਆ ਜਾਂਦਾ ਹੈ ਪੌੜੀਆਂ ਵਿੱਚ অপਸ਼ਨ ਨੰਬਰ 4 ਇਜ਼ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਸਵੈ ਜੀਵਨੀ ਹੁੰਦੀ ਹੈ ਆਪਸ਼ਨ ਹੈ ਜੀ ਸਾਹਿਤ ਕੇਂਦਰਤ ਪਾਠਕ ਕੇਂਦਰਤ ਸਮਾਜ ਕੇਂਦਰਤ ਜਾਂ ਆਤਮ ਕੇਂਦਰਤ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 ਆਤਮ ਕੇਂਦਰਤ ਸਵੈ ਜੀਵਨੀ ਕੀ ਹੁੰਦੀ ਹੈ ਆਤਮ ਕੇਂਦਰਤ ਹੁੰਦੀ ਹੈ ਆਪਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਅੱਗੇ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਨੋਟ ਕਰਦੇ ਜਾਓ ਜੀ ਇੰਪੋਰਟੈਂਟ ਕੁਐਸਚਨ ਨੇ ਨੈਕਸਟ ਹੈ ਨਾਵਲ ਆਪਸ਼ਨ ਹੈ ਜੀ ਮਹਾਕਾਵ ਦਾ ਆਧੁਨਿਕ ਗੱਦ ਰੂਪ ਹੈ ਨਿੱਕੀ ਕਹਾਣੀ ਦਾ ਵਿਸਤ੍ਰਿਤ ਬਿਰਤਾਂਤ ਰੂਪ ਹੈ ਮਨੁੱਖ ਦੇ ਸੁਪਨੇਆਂ ਅਤੇ ਪਰਸਤਿਤੀਆਂ ਦੇ ਲੰਬੇ ਤਣਾਅ ਨੂੰ ਨੂੰ ਚਿਤ੍ਰਣ ਵਾਲਾ ਵਾਰਤਿਕ ਬਿਰਤਾਂਤ ਹੈ ਜਾਂ ਜ਼ਿੰਦਗੀ ਦੇ ਨਿੱਤ ਨਵੇਂ ਸਮਾਚਾਰ ਨੂੰ ਗਿਆਨਣ ਵਾਲਾ ਰੂਪ ਹੈ ਤਾਂ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 3 ਮਨੁੱਖ ਦੇ ਸੁਪਨੇਆਂ ਤੇ ਪਰਸਤਿਤੀਆਂ ਦੇ ਲੰਬੇ ਤਣਾਅ ਨੂੰ ਚਿਤ੍ਰਣ ਵਾਲਾ ਵਾਰਤਿਕ ਬਿਰਤਾਂਤ ਹੈ ਨਾਵਲ ਆਪਸ਼ਨ ਨੰਬਰ 3 ਇਹਦਾ ਰਾਈਟ ਆਨਸਰ ਹੈ ਜੀ ਨੋਟ ਕਰ ਲਓ ਨੈਕਸਟ ਕੁਐਸਚਨ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਕਿਹੜਾ ਹੈ ਆਪਸ਼ਨ ਹੈ ਜੀ ਪ੍ਰੇਮ ਲਗਨ ਚਿੱਟਾ ਲਹੂ ਪਿਓ ਪੁੱਤਰ ਜਾਂ ਸੁੰਦਰੀ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 ਸੁੰਦਰੀ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਹੈਗਾ ਜੀ ਸੁੰਦਰੀ ਆਪਸ਼ਨ ਨੰਬਰ 4 ਇਹਦਾ ਸਹੀ ਆਨਸਰ ਹੈ ਅਗਲਾ ਕੁਐਸਚਨ ਪੰਜਾਬੀ ਦਾ ਪਹਿਲਾ ਨਾਟਕਕਾਰ ਕੌਣ ਹੈ ਪੰਜਾਬੀ ਦਾ ਪਹਿਲਾ ਨਾਟਕਕਾਰ ਕੌਣ ਹੈ ਆਪਸ਼ਨ ਹੈ ਜੀ ਹਰਚਰਨ ਸਿੰਘ ਈਸ਼ਵਰ ਚੰਦਰ ਨੰਦਾ ਭਾਈ ਮੋਹਨ ਸਿੰਘ ਵੈਦ ਸਰਜੀਤ ਸਿੰਘ ਸੇਠੀ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ ਸੈਕੰਡ ਈਸ਼ਵਰ ਚੰਦਰ ਨੰਦਾ ਆਪਸ਼ਨ ਨੰਬਰ ਸੈਕੰਡ ਈਸ਼ਵਰ ਚੰਦਰ ਨੰਦਾ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਨਾਟਕ ਦੇ ਬਾਕੀ ਸਾਹਿਤ ਰੂਪਾਂ ਨਾਲੋਂ ਕਿਹੜਾ ਵੱਖਰਾ ਤੱਤ ਹੈ ਆਪਸ਼ਨ ਇਹਦੀ ਪਾਤਰ ਦੁਖਾਂਤ ਰੰਗਮਚ ਜਾਂ ਨਾਇਕ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3 ਰੰਗਮंच ਨਾਟਕ ਦੇ ਬਾਕੀ ਤੱਤਾਂ ਬਾਕੀ ਸਾਹਿਤ ਰੂਪਾਂ ਨਾਲੋਂ ਕਿਹੜਾ ਵੱਖਰਾ ਤੱਤ ਹੁੰਦਾ ਹੈ ਤਾਂ ਉਹ ਹੁੰਦਾ ਜੀ ਰੰਗਮंच ਆਪਸ਼ਨ ਨੰਬਰ 3 ਇਹਦਾ ਰਾਈਟ ਆਨਸਰ ਹੈ ਅਗਲਾ ਕੁਐਸਚਨ ਲੋਹਾਕੁੱਟਾ ਨਾਟਕ ਦਾ ਲੇਖਕ ਹੈ ਲੋਹਾਕੁੱਟ ਨਾਟਕ ਦਾ ਲੇਖਕ ਕੌਣ ਹੈ ਆਪਸ਼ਨ ਹੈ ਜੀ ਆਈਸੀ ਨੰਦਾ ਹਰਚਰਨ ਸਿੰਘ ਬਲਵੰਤ ਗਾਰਗੀ ਜਾਂ ਕਪੂਰ ਸਿੰਘ ਘੁੰਮਣ ਤਾਂ ਇਹਦਾ ਸਹੀ ਉੱਤਰ ਹੈਗਾ ਬਲਵੰਤ ਗਾਰਗੀ অপਸ਼ਨ ਨੰਬਰ 3 ਬਲਵੰਤ ਗਾਰਗੀ ਲੋਹਾਕੁਟ ਨਾਟਕ ਦਾ ਲੇਖਕ ਹੈ ਅਗਲਾ ਪ੍ਰਸ਼ਨ ਪੰਜਾਬੀ ਨਾਟਕ ਨੂੰ ਪਿੰਡ ਪੱਧਰ ਤੇ ਲੈ ਕੇ ਜਾਣ ਵਾਲਾ ਨਾਟਕਕਾਰ ਪੰਜਾਬੀ ਨਾਟਕ ਨੂੰ ਪਿੰਡ ਪੱਧਰ ਤੇ ਲੈ ਕੇ ਜਾਣ ਵਾਲਾ ਨਾਟਕਕਾਰ ਕੌਣ ਸੀ অপਸ਼ਨ ਹੈ ਜੀ ਅਜਮੇਰ ਸਿੰਘ ਔਲਖ ਗੁਰਸ਼ਰਨ ਸਿੰਘ ਆਤਮਜੀਤ ਜਾਂ ਕਪੂਰ ਸਿੰਘ ਹੰਮਣ ਤਾਂ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 2 ਗੁਰਸ਼ਰਨ ਸਿੰਘ অপਸ਼ਨ ਨੰਬਰ 2 ਇਹਦਾ ਸਹੀ ਉੱਤਰ ਹੈ ਅਗਲਾ ਪ੍ਰਸ਼ਨ ਰੇਖਾ ਚਿੱਤਰ ਕਿਸੇ ਦੀ ਜ਼ਿੰਦਗੀ ਦੀਆਂ ਘਟਨਾਵਾਂ ਦਾ ਹੁੰਦਾ ਹੈ অপਸ਼ਨ ਹੈ ਜੀ ਅਧਿਆਨ ਕਲਾਤਮਿਕ ਬਿਆਨ ਕਰਮਵਾਰ ਬਿਆਨ ਸਿੱਧਾ ਬਿਆਨ ਤਾਂ ਇਹਦਾ ਸਹੀ ਉੱਤਰ ਹੈ ਜੀ ਕਲਾਤਮਿਕ ਬਿਆਨ অপਸ਼ਨ ਨੰਬਰ 2 ਕਲਾਤਮਿਕ ਬਿਆਨ ਇਹਦਾ ਸਹੀ ਉੱਤਰ ਹੈ ਜੀ ਅਗਲਾ ਪ੍ਰਸ਼ਨ ਬਾਲ ਮਨੋਵਿਗਿਆਨ ਨਾਲ ਸੰਬੰਧਿਤ ਕਿਹੜੀ ਕਹਾਣੀ ਹੈ ਬਾਲ ਮਨੋਵਿਗਿਆਨ ਨਾਲ ਸੰਬੰਧਿਤ ਕਿਹੜੀ ਕਹਾਣੀ ਹੈ ਆਪਸ਼ਨ ਹੈ ਜੀ ਮੰਗੋ ਕੁਲਫੀ ਕੋਈ ਇੱਕ ਸਵਾਰ ਦੁੱਧ ਦਾ ਛੱਪੜ ਤਾਂ ਇਹਦਾ ਸਹੀ ਉੱਤਰ ਹੈ ਜੀ ਕੁਲਫੀ ਆਪਸ਼ਨ ਨੰਬਰ 2 ਇਹਦਾ ਸਹੀ ਉੱਤਰ ਹੈ ਜੀ ਅਗਲਾ ਪ੍ਰਸ਼ਨ ਆਲੋਚਨਾ ਹੁੰਦੀ ਹੈ ਆਲੋਚਨਾ ਹੁੰਦੀ ਹੈ ਆਪਸ਼ਨ ਹੈ ਜੀ ਰਚਨਾ ਕੇਂਦਰਤ ਪਾਠਕ ਕੇਂਦਰਤ ਸਮਾਜ ਕੇਂਦਰਤ ਆਤਮ ਕੇਂਦਰਤ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1 ਰਚਨਾ ਕੇਂਦਰਤ ਆਲੋਚਨਾ ਕੀ ਹੁੰਦੀ ਹੈ ਰਚਨਾ ਕੇਂਦਰਤ ਹੁੰਦੀ ਹੈ ਜਿਨ੍ਹਾਂ ਨੂੰ ਵੀ ਵੀਡੀਓ ਵਧੀਆ ਲੱਗ ਰਹੀ ਹੈ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿੱਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਪੰਜਾਬੀ ਸਾਹਿਤ ਦਾ ਮੁੱਢ ਵੱਜਾ ਹੈ ਆਪਸ਼ਨ ਏ ਦੀ 11ਵੀਂ 12ਵੀਂ ਸਦੀ ਤੋਂ 12ਵੀਂ 13ਵੀਂ ਸਦੀ ਤੋਂ 14ਵੀਂ 15ਵੀਂ ਸਦੀ ਤੋਂ ਜਾਂ 9ਵੀਂ 10ਵੀਂ ਸਦੀ ਤੋਂ ਹਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ 11ਵੀਂ 12ਵੀਂ ਸਦੀ ਤੋਂ ਆਪਸ਼ਨ ਨੰਬਰ 1 ਇਹਦਾ ਸਹੀ ਉੱਤਰ ਹੈ ਜੀ ਅਗਲਾ ਪ੍ਰਸ਼ਨ ਨਾ ਧੁੱਪੇ ਨਾ ਛਾਵੇਂ ਦਾ ਲੇਖਕ ਹੈ ਨਾ ਧੁੱਪੇ ਨਾ ਛਾਵੇਂ ਦਾ ਲੇਖਕ ਕੌਣ ਹੈ অপਸ਼ਨ ਹੈ ਜੀ ਕੁਲਬੀਰ ਸਿੰਘ ਕਾਂਗਜੀਤ ਸਿੰਘ ਸ਼ੀਤਲ ਅਮਰਜੀਤ ਸਿੰਘ ਕਾਂਗ ਜਾਂ ਹਰਪਜਨ ਸਿੰਘ ਤਾਂ ਸਹੀ ਉੱਤਰ ਹੈ ਜੀ অপਸ਼ਨ ਨੰਬਰ 4 ਹਰਪਜਨ ਸਿੰਘ অপਸ਼ਨ ਨੰਬਰ 4 ਇਸ ਦਾ ਰਾਈਟ ਆਂਸਰ ਹੈ ਜੀ ਅਗਲਾ ਪ੍ਰਸ਼ਨ ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਇਤਿਕ ਵੰਗੀ ਹੈ ਅਗੂ ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਇਤਿਕ ਵੰਗੀ ਹੈ অপਸ਼ਨ ਹੈ ਜੀ ਡਾਇਰੀ ਨਿੱਕੀ ਕਹਾਣੀ ਰੇਖਾ ਚਿੱਤਰ ਅਪ੍ਰਤਿਕ ਵਿੱਚੋਂ ਕੋਈ ਨਹੀਂ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 2 ਨਿੱਕੀ ਕਹਾਣੀ ਆਪਸ਼ਨ ਨੰਬਰ 2 ਨਿੱਕੀ ਕਹਾਣੀ ਇਹਦਾ ਰਾਈਟ ਆਨਸਰ ਹੈ ਜੀ ਅਗਲਾ ਪ੍ਰਸ਼ਨ ਕਹਾਣੀ ਵਿੱਚ ਗੋਦ ਤੋਂ ਕੀ ਭਾਵ ਹੈ ਕਹਾਣੀ ਵਿੱਚ ਗੋਦ ਤੋਂ ਕੀ ਭਾਵ ਹੈ ਆਪਸ਼ਨ ਏ ਜੀ ਕਥਾ ਦੀ ਪਿਠਭੂਮੀ ਘਟਨਾਵਾਂ ਦੀ ਤਰਤੀਬ ਦ੍ਰਿਸ਼ਾਂ ਦੀ ਵਿਆਖਿਆ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 2 ਘਟਨਾਵਾਂ ਦੀ ਤਰਤੀਬ ਕਹਾਣੀ ਵਿੱਚ ਗੋਤੋ ਭਾਵ ਹੁੰਦਾ ਹੈ ਘਟਨਾਵਾਂ ਦੀ ਤਰਤੀਬ ਆਪਸ਼ਨ ਨੰਬਰ 2 ਇਹਦਾ ਸਹੀ ਉੱਤਰ ਹੈ ਜੀ ਅਗਲਾ ਪ੍ਰਸ਼ਨ ਇਕਾਂਗੀ ਨਾਟਕ ਵਿੱਚ ਕਿੰਨੇ ਅੰਗ ਹੁੰਦੇ ਹਨ ਇਕਾਂਗੀ ਨਾਟਕ ਵਿੱਚ ਕਿੰਨੇ ਅੰਗ ਹੁੰਦੇ ਹਨ ਆਪਸ਼ਨ ਨੇ ਜੀ 1 1.5 2 ਜਾਂ 3 ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1 ਇੱਕ ਇਕਾਂਗੀ ਨਾਟਕ ਵਿੱਚ ਕਿੰਨੇ ਅੰਗ ਹੁੰਦੇ ਆ ਇੱਕ ਅੰਗ ਹੁੰਦਾ ਹੈ ਜੀ ਆਪਸ਼ਨ ਨੰਬਰ 1 ਇਹਦਾ ਸਹੀ ਆਨਸਰ ਹੈ ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ ਹੁਣ ਆਪਾਂ ਰਾਸਲੀਲਾ ਕਹਾਣੀ ਦਾ ਲੇਖਕ ਹੈ ਰਾਸਲੀਲਾ ਕਹਾਣੀ ਦਾ ਲੇਖਕ ਕੌਣ ਹੈ অপਸ਼ਨ ਹੈ ਜੀ ਨਾਨਕ ਸਿੰਘ ਸੁਜਾਨ ਸਿੰਘ ਗੁਰਦਿਆਲ ਸਿੰਘ ਖੋਸਲਾ ਜਾਂ ਗੁਰਚਰਨ ਸਿੰਘ ਜਸੂਸਾ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 2 ਸੁਜਾਨ ਸਿੰਘ ਰਾਸਲੀਲਾ ਕਹਾਣੀ ਦਾ ਲੇਖਕ ਹੈ ਸੁਜਾਨ ਸਿੰਘ ਅਗਲਾ ਪ੍ਰਸ਼ਨ ਗੁਲਬਾਨੋ ਕਹਾਣੀ ਦਾ ਲੇਖਕ ਹੈ ਗੁਲਬਾਨੋ ਕਹਾਣੀ ਦਾ ਲੇਖਕ ਕੌਣ ਹੈ অপਸ਼ਨ ਹੈ ਜੀ ਅਜੀਤ ਕੌਰ ਬੀਨਾ ਵਰਮਾ ਅਮਰਤਾ ਪ੍ਰੀਤਮ ਜਾਨ ਦਿਲੀਪ ਕੌਰ ਟਵਾਣਾ ਤਾਂ ਇਹਦਾ ਸਹੀ ਉੱਤਰ ਹੈ ਜੀ ਆਪជា ਨੰਬਰ ਫਸਟ ਅਜੀਤ ਕੌਰ ਆਪਸ਼ਨ ਨੰਬਰ ਫਸਟ ਇਹਦਾ ਸਹੀ ਉੱਤਰ ਹੈ ਜੀ ਅਜੀਤ ਕੌਰ ਹਾਂਜੀ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਰਾਇਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟਡੀ ਸਟੂਡਿਓ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਗੇ ਮੈਂ ਤੁਹਾਨੂੰ ਇਹਦੀ ਅਗਲੇ ਕੁਐਸਚਨ ਜਿਹੜੇ ਰਹਿ ਗਏ ਆ ਉਹ ਕਰਾਉਂਗੀ ਅਗਲੀ ਵੀਡੀਓ ਵਿੱਚ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ 2018 ਦਾ ਜਿਹੜਾ 3582 ਪੋਸਟਾਂ ਪੰਜਾਬੀ ਮਾਸਟਰ ਕੁਕੈਡਰ ਦੀਆਂ ਆਈਆਂ ਸਨ ਉਹ ਤੁਹਾਨੂੰ ਹੱਲ ਕਰਾ ਰਹੀਆਂ ਤੁਸੀਂ ਪੰਜਾਬੀ ਦਾ ਕੋਈ ਵੀ ਐਗਜ਼ਾਮ ਦੇਣਾ ਹੋਵੇ ਉਹਦੇ ਲਈ ਇੰਪੋਰਟੈਂਟ ਕੁਐਸਚਨ ਨੇ ਜੀ ਇਹਨੂੰ ਨੋਟ ਕਰਦੇ ਜਾਓ ਹਾਂਜੀ ਥੈਂਕ ਯੂ ਸਟੂਡੈਂਟ